ਬੰਦਾ ਰਵਾਤਾ ਇੰਟਰਵਿਊ ਲੈਣ ਵਾਲੇ ਬਈ ਤੇ ਹਰ ਬੰਦੇ ਨੂੰ ਰਲਾਤਾ ਨਾਲ ਸਨੀ ਮਾਲਟਨ ਪਾਰਟ 2 ਇਵੇਂ ਗੱਲ ਹੈ ਜੀ ਆਹੋ ਜੀ ਅੱਛਾ ਜੀ ਫਿਰ ਠੀਕ ਹੈ ਚੱਲ ਹੋਲਾ ਸਿੱਧਾ ਜਿਹਾ ਹੋਰ ਕਿਤੇ ਪਾਲਾ ਚੱਲ ਹੋਰ ਫਿਰ ਮੈਂ ਦੂਰ ਹੋ ਜਾਂਦਾ ਨਾ ਥੋੜ੍ਹਾ ਜਿਹਾ ਠੀਕ ਹੈ ਅਸਲਾਮ ਅਲੈਕੁਮ ਜੀ ਕਿੱਦਾਂ ਸਾਰੇ ਵੀਰ ਭੈਣ ਭਰਾ ਅਤੇ ਮਿੱਤਰ ਬੇਲੀ ਉਮੀਦ ਕਰਾਂਗਾ ਸਾਰੇ ਵੀਰ ਭੈਣ ਭਰਾ ਅਤੇ ਮਿੱਤਰ ਬੇਲੀ ਫਿੱਟ ਹੋਣਗੇ ਅਤੇ ਟੈਟ ਹੋਣਗੇ ਸਾਰੇ ਮਿੱਤਰਾਂ ਦਾ ਵੈਲਕਮ ਜੀ ਆਪਣੇ ਚੈਨਲ ਮੂਸੇਵਾਲਾ ਰਿਐਕਸ਼ਨ ਦੇ ਉੱਤੇ ਅਤੇ ਬਈ ਰਿਐਕਸ਼ਨ ਲੈ ਕੇ ਆਏ ਹਾਂ ਕਿ ਸਨੀ ਮੋਲਟਨ ਦਾ ਇੰਟਰਵਿਊ ਰੀਸੈਂਟਲੀ ਸ਼ੁਰੂ ਕੀਤਾ ਹੋਇਆ ਜਿਹੜਾ ਸਨੀ ਮੋਲਟਨ ਦਾ ਨਵਾਂ ਇੰਟਰਵਿਊ ਆਇਆ ਐਕਸਕਲੂਸਿਵ ਇੰਟਰਵਿਊ ਤਕਰੀਬਨ ਡੇਢ ਘੰਟੇ ਦਾ ਇੰਟਰਵਿਊ ਹੋਇਆ ਉਹਦੇ 'ਚ ਗੱਲਾਂ ਬਾਤਾਂ ਹੋ ਰਹੀਆਂ ਨੇ ਸਨੀ ਮੋਲਟਨ ਦੀ ਜਰਨੀ ਦੇ ਬਾਰੇ ਜਿਹੜੀ ਉਹ ਸਿੱਧੂ ਮੂਸੇਵਾਲੇ ਦੇ ਨਾਲ ਦੀ ਰਹੀ ਜਾਂ ਕੀਤੀ ਤੇ ਦੇਖਦੇ ਹਾਂ ਵੀਡੀਓ ਬਾਕੀ ਗੱਲਾਂ ਦੇਖਦੇ ਹਾਂ ਵੀਡੀਓ ਕਰਕੇ ਤੇ ਕਰਨੇ ਆ ਸ਼ੁਰੂ ਚੱਕੀ ਹੈ ਜੀ ਲੈਟ ਗੈਟ ਚੈਟ ਤੇ ਸ਼ੈਟ ਜੇ ਤੂੰ ਹੁਣ ਆ ਜੀ ਆਪਾਂ ਦੇਖ ਲਾਂਗੇ ਕਿਵੇਂ ਜਿਵੇਂ ਕੁਝ ਬਣਦਾ ਰੈਪ ਗੱਲ ਸਟੂਡੀਓ ਦੇ ਪੜੀ ਕਿ ਮਤਲਬ ਸਟੂਡੀਓ ਚੱਲਦਾ ਰੈਪ ਕਰ ਲੈ ਕੇ 2007 ਤੋਂ ਰਾਈ ਬੋ ਇੰਨੇ ਗਾਣੇ ਕੱਢੇ ਕੱਢੀ ਗਏ ਤੇ ਪੋਪੂਲੈਰਿਟੀ ਟੋਰਾਂਟੋ 'ਚ ਬਹੁਤ ਜ਼ਿਆਦਾ ਵੱਧ ਗਈ ਸੀ ਬਿਲਕੁਲ ਚੰਗੇ ਬੰਦੇ ਜਾਣਦੇ ਸਨ ਸਨੀ ਮੋਲਟਨ ਨੂੰ ਬੜੀ ਫੈਨ ਕਰਦੇ ਸੀ ਯਾਰ ਵੀ ਅੱਗੇ ਮਤਲਬ ਕਬੂਲੀਅਤ ਦੀ ਹੈ ਸੀ ਨਾ ਪਹਿਲੇ ਮਸ਼ਹੂਰ ਸੀ ਸਕੂਲਾਂ ਗੱਲਾਂ ਹੋਣ ਲੱਗ ਜਿੰਦੀ ਹਾਂ ਕਿ ਆ ਬਾਈ ਰੈਪ ਕਰਦਾ ਇਹ ਵੋਇਸ ਸਨੀ ਮੋਲਟਨ ਤੇ ਮੈਨੂੰ ਬਹੁਤ ਚੀਜ਼ ਦਾ ਮਾਣ ਹੈ ਕਿ ਮੈਨੂੰ ਮੈਂ ਫੀਲ ਕਰਦਾ ਸ਼ਾਇਦ ਗੱਲ ਰੀਅਲ ਹੋ ਮੇਰੀ ਮੇਰੇ ਲਈ ਅਸੀਅਤ ਆ ਕਿ ਯਾਰ ਮੈਨੂੰ ਲੱਗਿਆ ਮੈਂ ਕੁਛ ਕੀਤਾ ਤੇ ਬਹੁਤ ਮੈਨੂੰ ਲੱਗਿਆ ਕਿ ਉਹ ਟਾਈਮ 'ਚ ਕੀਤਾ ਜੋ ਲੋਕੀ ਨਹੀਂ ਕਰਦੇ ਸੀਗੇ ਹਨਾ ਸਕੂਲ ਪਾਸ ਕੀਤਾ ਬਹੁਤ ਯਾਰਾ ਕਰਕੇ 100% ਮਿਊਜ਼ਿਕ 100% ਮਿਊਜ਼ਿਕ ਤਾਂ ਬਹੁਤ ਭੁੱਲ ਜਾਏ ਨਾ ਉੱਥੇ ਬੈਠਾ ਰਹੇ 8 ਘੰਟੇ ਗੱਲਾਂ ਕਰ ਲਾਂਗੇ ਕਿਹੜਾ ਬਣਾਣਾ ਜਵੇ ਪਰ ਉਹ ਮਾਂ ਪਿਓ ਨੇ ਰੋਕਿਆ ਨਹੀਂ ਕਦੇ ਸਪੋਰਟ ਮੇਰੇ ਡੈਡ ਨੇ ਤਾਂ ਸਪੋਰਟ ਕੀਤੀ ਆ ਸ਼ੁਰੂ ਤੋਂ ਆਪ ਸੀ ਬਹੁਤ ਥੋੜ੍ਹਾ ਡਰ ਲੱਗਦਾ ਕਿ ਯਾਰ ਰੈਪ ਕਰੀ ਜਾਂਦਾ ਨਹੀਂ ਉਹ ਅਪ ਐਂਡ ਡਾਊਨ ਚੱਲਦੀ ਸਕੂਲ ਤੋਂ ਲੜਾਈ ਹੋ ਗਈ ਆ ਕੱਢਦਾ ਕੀ ਹੋ ਰਿਹਾ ਸਰ ਕੀ ਕਰਦਾ ਸੀ ਸਕੂਲ ਸੋ ਬਹੁਤ ਲਾਈਕ ਹੋ ਜਾਂਦਾ ਰਾਈਟ ਬਟ ਏਦਾਂ ਨਹੀਂ ਉਹਨਾਂ ਨੇ ਏਦਾਂ ਕਿ ਯਾਰ ਇਹ ਡਾਕਟਰ ਬਣੂਗਾ ਏਦਾਂ ਲਾਈਕ ਸੁਪਨੇ ਪੂਰੇ ਕਰਨੇ ਕਰੋ ਉਦੋਂ ਸੁਪਨੇ ਲੱਗੇ ਉਹ ਲੱਗਿਆ ਚੱਲ ਕੰਮ ਤੇ ਲੱਗੇ ਟਰੱਕ ਚਲਾਈ ਜਾਂਦੇ ਸੋ ਮਿਊਜ਼ਿਕ ਨੂੰ ਆਲਵੇਜ਼ ਤੁਸੀਂ ਐਜ਼ ਅ ਆਪਣਾ ਪ੍ਰੋਫੈਸ਼ਨ ਲਿਆ ਆਈ ਨਹੀਂ ਵੀ ਸਿਰਫ ਮੇਰਾ ਸ਼ੌਂਕ ਆ ਮੇਰਾ ਗੋਲ ਸੀ ਕਿ ਇਹਨੂੰ ਬਣਾਉਣਾ ਕਿਹਨੂੰ ਕੁਛ ਕਰਾਂ ਸੁਪਨਾ ਸੀਗਾ ਸੁਪਨਾ ਸੀ ਪਰ ਮਾਮ ਡੈਡ ਨੂੰ ਲੱਗੇ ਕਿ ਕਰੀ ਜਾਂਦਾ ਠੀਕ ਆ ਇਹਦੇ ਕੰਮ ਨਾਲ ਇੰਟਰਫੀਅਰ ਨਹੀਂ ਹੋ ਰਿਹਾ ਕੰਮ ਤੇ ਜਾਂਦਾ ਠੀਕ ਆ ਉਹਨੇ ਬੜਾ ਧਿਆਨ ਨਹੀਂ ਦਿੱਤਾ ਇਹ ਗੱਲ ਚ ਬਹੁਤ ਕੋਈ I never liked did anything bad before. Yeah. ਗਾਣੇ ਬਣਾਏ ਵਧੀਆ ਕਿਸੇ ਤੰਗ ਨਹੀਂ ਕੀਤਾ ਨਾ ਕੰਮ ਤੇ ਜਾਂਦੇ ਆ ਬਿਲਕੁਲ ਲਾਈਫ ਸਟਾਈਲ ਹੈ ਲੋਕੀ ਜਾਂਦੇ ਜਿਮ ਨੂੰ ਜਾਂਦੇ ਆ ਕਰਦੇ ਤੋ ਸਟੂਡੀਓ ਜਾਂਦਾ ਮੈਂ ਸਟੂਡੀਓ ਜਾਂਦਾ ਸੀਗਾ ਮੈਨੂੰ ਸ਼ੌਂਕ ਸੀ ਬੈਠੇ ਰਹਿਣਾ 8 ਘੰਟੇ ਲੱਗਦਾ ਨਹੀਂ ਕਿ ਸਟੂਡੀਓ ਬੈਠੇ ਹਾਂ ਉਦੋਂ ਨਾ ਸੋ ਸਨੀ ਮੋਲਟਨ ਸੀ ਸਨੀ ਮੋਲਟਨ ਦੀ ਉਸ ਟਾਈਮ 'ਚ ਰੀਚ ਕਿੱਥੇ ਤੱਕ ਸੀ ਆਨੈਸਟਲੀ ਵਾਸ ਇਟ ਜਸਟ ਟੋਰਾਂਟੋ ਵਾਸ ਇਟ ਜਿਹੜੇ ਮੈਨੂੰ ਮੇਰੇ ਨਾਲ ਲੋਕੀ ਗੱਲ ਕਰਦੇ ਸੀ ਉਦੋਂ ਮੈਂ ਕਈ ਲੋਕਾਂ ਨਾਲ ਅੱਜ ਵੀ ਗੱਲ ਕਰਦਾ ਉਹਨਾਂ ਨੇ ਮੇਰਾ ਸਟਰਗਲ ਦੇਖਿਆ ਕਈ ਸਾਲ ਡਿਸਕਨੈਕਸ਼ਨ ਹੋ ਗਈ ਸੀ ਪਰ ਜੋ ਮੈਂ ਮੈਨੂੰ ਮੈਸੇਜ ਹੁੰਦਾ ਸੀ ਮੈਂ ਆਖਿਆ ਯਾਰ ਮੈਨੂੰ ਨਾ ਯਾਦ ਆ ਬੰਦੇ ਦਾ ਤੇ ਉਹਨਾਂ ਨੇ ਆ ਕੇ ਫਿਰ ਮੈਂ ਪੜ੍ਹਦਾ ਹੋਇਆ ਮੈਸੇਜ ਆਇਆ ਤੇ ਕੁਦਰਤੀ ਮੈਨੂੰ ਤਾਂ ਖੋਲ ਦਿੰਦਾ ਤੇ ਆਖਿਆ ਬਾਈ ਆਪਾਂ ਗੱਲ ਕਰ ਦਿੰਦੇ ਸੀ ਇੱਥੇ ਆ ਯਾਦ ਆ ਕਿ ਤੇਰਾ ਗਾਣਾ ਆ ਆਇਆ ਸੀ ਤੇ ਬਹੁਤ ਇੰਨੇ ਪ੍ਰਾਊਡ ਆ ਮੇਰੇ ਤੇ ਕਿਹਾ ਬਾਈ ਤੂੰ
ਤੂੰ ਤਾਂ ਨੋਰਮਲ ਜਿਹਾ ਸੀਗਾ ਤੇ ਹਜੇ ਵੀ ਨੋਰਮਲ ਹੋਰ ਤੂੰ ਮੇਰਾ ਮੈਸੇਜ ਕਰੀ ਜਾਂਦਾ ਮੈਨੂੰ ਹੁਣ ਚਲੋ ਆਪਾਂ ਸਨੈਪਚੈਟ ਇੰਸਟਾਗ੍ਰਾਮ ਤੇ ਮੈਸੇਜ ਕਰਦੇ ਉਦੋਂ ਕਿਵੇਂ ਜਿਹੜੇ ਲੋਕ ਸੁਣਦੇ ਸੀ ਸਾਰੇ ਦੇ ਵਿੱਚ ਫੇਸਬੁੱਕ ਫੇਸਬੁੱਕ ਤੇ ਬਹੁਤ ਬਹੁਤ ਮਿਹਨਤ ਕੀਤੀ ਹੈ ਉਹ ਤਾਂ ਰਾਤ ਗਾਣੇ ਪਾਈ ਜਾਣੇ ਬਹੁਤ ਜਦੋਂ ਕੋਈ ਵੀ ਨਹੀਂ ਮੈਂ ਬਾਰ ਬਾਰ ਤਾਂ ਆਖਦਾ ਕਿ ਸਾਨੂੰ ਪਤਾ ਬਰੋ ਉਸ ਟਾਈਮ ਦੇ ਵਿੱਚ ਦੁਨੀਆਂ ਚ ਆਫਿਸ ਪਰ ਜਿੱਥੇ ਆਪਾਂ ਰਹਿੰਦੇ ਹਾਂ ਕੋਈ ਨੀ ਏਦਾਂ ਕਰ ਰਿਹਾ ਸੀ ਬਹੁਤ ਘੱਟ ਸੀਗੇ ਅਸੀਂ ਤਿੰਨ ਚਾਰ ਮੁੰਡੇ ਸੀਗੇ ਕਿ ਮੈਂ ਆ ਸਕਦਾ ਹਾਂ ਗਿਆ ਵੀ ਮੇਰੇ ਨਾਲ ਤਾਂ ਹੁਣ ਤਾਂ ਆਈ ਥਿੰਕ ਕੰਪੀਟੀਸ਼ਨ ਦੁਨੀਆ ਭਰ ਚ ਬਹੁਤ ਵੱਧ ਗਿਆ ਐਵਰੀ ਡੇ ਸੰਗ ਕਮਸ ਆਊਟ ਟੈਲੈਂਟ ਵੀ ਵਧਿਆ ਸਹੀ ਗੱਲ ਟੈਲੈਂਟ ਵੀ ਹੈ ਇੱਕ ਸਪੋਰਟ ਵੀ ਹੈ ਕਮਿਊਨਿਟੀ ਦੀ ਸਾਰੇ ਚਾਹੁੰਦੇ ਆ ਕਿ ਸਾਡਾ ਯਾਰ ਮੁੰਡਾ ਕਰ ਰਿਹਾ ਸਾਨੂੰ ਬੜਾ ਮਾਣ ਆ ਰਾਈਟ ਐਂਡ ਬੜੀ ਕਮਾਲ ਦੀ ਗੱਲ ਹੈ ਤੇ ਸਨੀ ਮਾਲਟਨ ਤੇ ਫਿਰ ਸਨੀ ਮਾਲਟਨ ਦਾ ਜਦ ਨਾਮ ਆਪਾਂ ਲੈਂਦੇ ਹਾਂ ਆਈ ਥਿੰਕ ਸਨੀ ਮਾਲਟਨ ਲਈ ਤਾਂ ਨਾਲ ਨਾਮ ਜ਼ਰੂਰ ਜੁੜਦਾ ਆਪਣੇ ਵੀਰ ਸਿੱਧੂ ਮੂਸੇਵਾਲੇ ਦਾ ਜੋ ਅੱਜ ਇਸ ਦੁਨੀਆਂ ਤੇ ਨਹੀਂ ਰਿਹਾ ਦੁਨੀਆਂ ਭਰ ਦਾ ਇੱਕ ਐਸਾ ਇਨਸਾਨੀ ਜਿਹੜਾ ਨਹੀਂ ਹਰ ਰੋਜ਼ ਸਿੱਧੂ ਨੂੰ ਯਾਦ ਕਰਦਾ ਰਾਈਟ ਸੋ ਸਿੱਧੂ ਮੂਸੇਵਾਲਾ ਸਨੀ ਮਾਲਟਨ ਇੱਕ ਟੀਮ ਇੱਕ ਮੈਂ ਸਮਝਦਾ ਕਿ ਦੋਨੇ ਇਕੱਠੇ ਇੱਕ ਬ੍ਰਾਂਡ ਬਣ ਗਏ ਸੀ ਸਿੱਧੂ ਮੂਸੇਵਾਲੇ ਬਾਈ ਨੂੰ ਸਨੀ ਮਾਲਟਨ ਕਦੋਂ ਮਿਲਿਆ ਉਸ ਦਿਨ ਦੀ ਯਾਦ ਹੈ ਤੁਹਾਨੂੰ ਅੱਜ ਵੀ ਅਸੀਂ ਮਿਲੇ ਸੀਗੇ 2017 ਚ ਡੇਟ ਤਾਂ ਆਫਿਸ ਪਰ ਮੈਨੂੰ ਉਹ ਦਿਨ ਮੀਟਿੰਗ ਯਾਦ ਆ ਦਿਨ ਤਾਂ ਆਫਿਸ ਡੇਟ ਤਾਂ ਮੈਂ ਭੁੱਲ ਗਿਆ ਮੈਨੂੰ ਪਤਾ ਸਮਰ ਦਾ ਸ਼ੂਟ ਸੀ ਹਨਾ ਉਹ ਤੋਂ ਪਹਿਲਾਂ ਤਾਂ ਨਾਂ ਸੁਣਿਆ ਸੀ ਬਾਈ ਦਾ ਹਨਾ ਸਿੱਧੂ ਦਾ ਪਰ ਜੋ ਅਸੀਂ ਮਿਲੇ ਸੀਗੇ ਉਹ ਸਿੱਧੂ ਮੂਸੇਵਾਲਾ ਨਹੀਂ ਸੀ ਉਸ ਟਾਈਮ ਤੇ ਹਨਾ ਮੈਨੂੰ ਅਸੀਂ ਵੀਡੀਓ ਸ਼ੂਟ ਕਰ ਰਹੇ ਸੀਗੇ ਇੱਕ ਹੋਰ ਮੁੰਡੇ ਦਾ ਜੂਨ ਜੁਲਾਈ ਦੀ ਗੱਲ ਆ ਨਾ ਤੇ ਉੱਥੇ ਬਾਈ ਬੱਚੇ ਖੜਾ ਸੀ ਵੀਡੀਓ ਦੇ ਵਿੱਚ ਉਹ ਜਿਵੇਂ ਐਕਸਟਰਾ ਹੁੰਦੇ ਐਕਸਟਰਾ ਨਹੀਂ ਆ ਸਕਦੇ ਬਟ ਮੁੰਡੇ ਆਏ ਸੀ ਬਿਹਾਈਂਡ ਦ ਸੀਨਸ ਹਾਂ ਬਿਹਾਈਂਡ ਦ ਸੀਨਸ ਮੁੰਡੇ ਖੜਨ ਆਏ ਸੀਗੇ ਤੇ ਉਹਨਾਂ ਚੋਂ ਇੱਕ ਸੀ ਸਿੱਧੂ ਤੇ ਉਦੋਂ ਮੈਨੂੰ ਲੱਗਦਾ ਇਹਦੇ ਗਾਣੇ ਆਏ ਸੀਗੇ ਤਿੰਨ ਚਾਰ ਆਏ ਸੀਗੇ ਆਈ ਡੋਂਟ ਥਿੰਕ ਲਾਈਫ ਸਟਾਰ ਵਾਸ ਆਊਟ ਲਾਈਫ ਸਟਾਰ ਨਹੀਂ ਆਇਆ ਸੀ ਪਰ ਉਹ ਤੋਂ ਮਸਟੈਂਗ ਛੇ ਫੁੱਟ ਜੱਟ ਨੂੰ ਗਾਣੇ ਆਏ ਸੀਗੇ 911 ਤੇ ਉਦੋਂ ਮਿਲਿਆ ਸੀ ਮੈਨੂੰ ਤੇ ਉਦੋਂ ਘੱਟ ਸਾਰੀ ਬੜੇ ਲੋਕ ਹੋਣਗੇ ਉੱਥੇ ਰਾਈਟ ਇਟਸ ਅ ਲੋਟ ਆਫ ਪੀਪਲ ਐਟ ਦ ਸ਼ੂਟ ਤੇ ਬਟ ਸਨੀ ਤੇ ਸਿੱਧੂ ਬਾਈ ਕਦੋਂ ਫੇਸ ਟੂ ਫੇਸ ਹੋਏ ਕਿਵੇਂ ਫੇਸ ਟੂ ਫੇਸ ਹੋਏ ਉਹ ਮੇਰੇ ਕੋਲ ਆਇਆ ਅਸੀਂ ਵੀਡੀਓ ਸ਼ੂਟ ਤੇ ਉਹ ਮੈਨੂੰ ਮੈਨ ਆਇਆ ਤੇ ਹੱਥ ਦਾ ਪਸਾਰ ਨਾ ਮਿਲਾਉਂਦੇ ਹਾਂ ਬਹੁਤ ਫਿਸ਼ਰ ਹਨਾ ਤੇ ਉਹ ਆਇਆ ਤੇ ਉਹਨੇ ਜੋ ਹੱਥ ਮਿਲਿਆ ਕਿ ਮੈਂ ਤੈਨੂੰ ਜਾਣਦਾ ਕਿ ਤੂੰ ਸਨੀ ਮਾਲਟਨ ਤੇ ਮੈਂ ਕਿਹਾ ਓਕੇ ਥੈਂਕ ਯੂ ਬਹੁਤ ਲਾਈਕ ਤੇ ਉਹਨਾਂ ਕਿ ਮੈਂ ਤੇਰੇ ਗਾਣੇ ਸੁਣਦਾ ਸੀ ਬੈਕ ਹੋਮ ਅੱਛਾ ਪੰਜਾਬ ਚ ਪੰਜਾਬ ਚ ਤੇ ਉਹਨੇ ਗਾਣੇ ਵੀ ਦਿਨ ਨਾਲ ਵੀ ਲਿਆ ਸੀਗਾ ਦੋ ਤਿੰਨ ਗਾਣੇ ਦਾ ਮੈਨੂੰ ਲੱਗਿਆ ਇਹ ਨੀ ਗਾ ਟੂਪਾਕ ਆਪਾਂ ਪੰਜਾਬ ਨੀ ਗਏ ਸੋ ਮੈਨੂੰ ਪਤਾ ਨੀ ਕਿ ਉੱਥੇ ਜਾਣ ਟੂਪਾਕ ਨੂੰ ਜਾਣ ਦੇ ਵੀ ਤਾਂ ਟੂਪਾਕ ਨੂੰ ਉਹ ਬੰਦੇ ਨੇ ਗੋਲੀ ਮਾਰੀ ਸੀ ਯਾਰ ਏਦਾਂ ਜੇ ਉਹ ਨਾ ਤੇ ਮੈਂ ਆਖਿਆ ਮੈਨੂੰ ਹਾਂ ਹਾਂ ਕਰੀ ਗਿਆ ਮੈਂ ਕਿਹਾ ਹਾਂ ਯਾ ਯਾ ਬ੍ਰੋ ਯਾ ਯਾ ਤੇ ਇਹਨੇ ਦੋ ਦੋ ਤਿੰਨ ਬੰਦਿਆਂ ਦੇ ਨਾਲ ਏ ਜਿਹੜੀ ਉਹ ਕਹਾਣੀ ਨਾਲ ਜੁੜਦੇ ਟੂਪਾਕ ਦੀ ਕਹਾਣੀ ਨਾਲ ਜੁੜਦੇ ਜਿਹਨੂੰ ਉਹਨੂੰ ਮਾਰ ਕੇ ਗਏ ਸੀ ਤੇ ਮੈਂ ਕਿਹਾ ਖੜ ਜਾ ਓਕੇ ਠੀਕ ਆ ਮੈਂ ਸਰਚ ਕੀਤਾ ਇਹਨੇ ਗੋਲੀ ਮਾਰੀ ਸੀ ਯਾਰ ਗਲਤ ਕੀਤਾ ਮੈਂ ਜਾ ਕੇ ਦੇਖਿਆ ਸੱਚੀ ਪਤਾ ਤੇ ਉਹ ਤਾਂ ਬਹੁਤ ਉਹ ਮੈਮਰੀ ਮੈਂ ਬਹੁਤ ਹੀ ਸ਼ੱਕ ਹਾਂ ਦਾ ਸਟੂਡੈਂਟ ਸੀ ਯਾਰ ਉਹਨੇ ਹਰ ਸਾਰੀ ਹਿਸਟਰੀ ਰੱਟੀ ਸੀ ਨਾ ਤੂੰ ਪਹਿਲਾਂ ਬੜਾ ਤਕੜਾ ਫਾਨ ਸੀ ਸੋ ਇਨਸੈਂਟ ਬੋਲ ਲਾਈਕ ਯੂ ਵਰ ਸੋ ਹੈਪੀ ਬਹੁਤ ਖੁਸ਼ ਸੀ ਕਿ ਉਹ ਵੀ ਟੂਪਾਕ ਬਾਰੇ ਗੱਲ ਕਰਕੇ ਅਸੀਂ ਖੜ ਗੱਲ ਵੀ ਕੀਤੀ ਬਹੁਤ ਗੱਲ ਕੀਤੀ ਉਹ ਤੇ ਕਹਿੰਦੇ ਹੁੰਦੇ ਨਾ ਵੀ ਫਰਸਟ ਇੰਪ੍ਰੈਸ਼ਨ ਇਜ਼ ਦ ਲਾਸਟ ਇੰਪ੍ਰੈਸ਼ਨ ਸੋ ਤੁਹਾਡੇ ਲਈ ਉਹ ਫਰਸਟ ਇੰਪ੍ਰੈਸ਼ਨ ਮੈਂਟ ਅ ਲੋਟ ਕਿਉਂਕਿ ਇੱਕ ਬੰਦਾ ਯੂ ਨੋ ਨਵਾਂ ਨਵਾਂ ਆਇਆ ਤੇ ਉਹਨੂੰ ਇੰਨੀ ਨੌਲੇਜ ਹੈ ਉਹੀ ਆਰਟਿਸਟ ਬਾਰੇ ਜਿਨ੍ਹਾਂ ਨਾਲ ਤੁਹਾਡਾ ਵੀ ਇੱਕ ਬੜਾ ਇੱਕ ਇੰਟਰਸਟ ਜੁੜਿਆ ਹੋਇਆ ਹੈ ਯਾ ਫਰ ਸ਼ੋਰ ਐਂਡ ਸਨੀ ਆਪਾਂ ਜਿੱਥੇ ਸਿੱਧੂ ਦੇ ਤੁਹਾਡੀ ਪਹਿਲੀ ਮੁਲਾਕਾਤ ਦੀ ਗੱਲ ਕੀਤੀ ਹੈ ਪਿਛਲੇ ਸਾਲ ਜਿਸ ਦਿਨ ਤੁਹਾਨੂੰ ਖਬਰ ਆਈ
ਤੁਸੀਂ ਉਸ ਦਿਨ ਤੋਂ ਚੁੱਪ ਹੋ ਰਾਈਟ ਐਂਡ ਬਾਲੀ ਗੱਲਬਾਤ ਨਹੀਂ ਹੋਈ ਆਫ ਕੋਰਸ ਤੁਹਾਡੇ ਮਨ ਤੇ ਬੜੀ ਉਹ ਇੱਕ ਹੈਵੀ ਗੱਲਬਾਤ ਹੈ ਜਿਸ ਦਿਨ ਤੁਸੀਂ ਫੋਨ ਖੋਲਿਆ ਤੁਹਾਨੂੰ ਪਤਾ ਚੱਲਿਆ ਕਿ ਤੁਹਾਡਾ ਵੀਰ ਤੁਹਾਡਾ ਭਰਾ ਦੁਨੀਆਂ ਤੇ ਨਹੀਂ ਰਿਹਾ ਉਹ ਖਬਰ ਸੁਣ ਕੇ ਯਾਰ ਕੀ ਮੂਮੈਂਟ ਸੀ ਤੁਹਾਡੀ ਲਾਈਫ ਦਾ ਉਹਦਾ ਆਪਾਂ ਇੱਥੇ ਬੈਠੇ ਗੱਲ ਕਰੀ ਜਾਂਦੇ ਹਾਂ ਯੂ ਨੋ ਲਾਈਕ ਬੋ ਆਪਾਂ ਕੋਈ ਰਿਹਰਸਲ ਨਹੀਂ ਕੀਤੀ ਬਾਈ ਵੀ ਰਿਹਰਸ ਵੀ ਨਹੀਂ ਪ੍ਰੈਕਟਿਸ ਬੋ ਸੋ ਯੂ ਨੋ ਆਹ ਕੁਐਸਚਨ ਵੀ ਮੇਰੇ ਲਈ ਬਹੁਤ ਔਖਾ ਬ੍ਰੋ ਯੂ ਨੋ ਔਖਾ ਮੈਂ ਕਿਸੇ ਨਾਲ ਗੱਲ ਬਾਲੀ ਵੀ ਨਹੀਂ ਕੀਤੀ ਅੱਜ ਤੱਕ ਇਹਦੇ ਬਾਰੇ ਬਾਈ ਕਿਸੇ ਨੂੰ ਦੱਸਿਆ ਨਹੀਂ ਕਿ ਕਿਵੇਂ ਅਤੇ ਕੀ ਬਾਈ ਬੰਦਾ ਰਲਾ ਤਾ ਇੰਟਰਵਿਊ ਲੈਣ ਵਾਲੇ ਬਈ ਅਤੇ ਹਰ ਬੰਦੇ ਨੂੰ ਰਲਾ ਤਾ ਨਾਲ ਜਿਹੜਾ ਜਿਹੜਾ ਦੇਖ ਰਿਹਾ ਸੀ ਜਿਹੜਾ ਜਿਹੜਾ ਸਿੱਧੂ ਮੂਸੇਵਾਲੇ ਦਾ ਫੈਨ ਸੀ ਜਿਤਨੇ ਵੀ ਆਈ ਥਿੰਕ ਇਸ ਦੁਨੀਆ 'ਤੇ ਜਿਤਨੇ ਵੀ ਮੂਸੇਵਾਲਾ ਦਾ ਥੋੜ੍ਹਾ ਜਿਹਾ ਵੀ ਰਿਲੇਟਡ ਕੰਟੈਂਟ ਰੱਖਦੇ ਨੇ ਆਪਣੇ ਕੋਲ ਜਿਹੜੇ ਜਾਣਦੇ ਨੇ ਕਿ ਸਿੱਧੂ ਮੂਸੇਵਾਲਾ ਕੌਣ ਸੀ ਉਹ ਅਗਰ ਇਹ ਇੰਟਰਵਿਊ ਦੇਖ ਲੈਣ ਤਾਂ ਉਹਨਾਂ ਦਾ ਵੀ ਇਸ ਜਗ੍ਹਾ 'ਤੇ ਆ ਕੇ ਅੱਥਰੂ ਅੱਖ 'ਚ ਭਾਰ ਆਉਂਦਾ ਹੈ ਕਿਹੜਾ ਬੰਦਾ ਅਸੀਂ ਖੋ ਲਿਆ ਗਾਈਜ਼ ਇਹ ਤਾਂ ਸੀ ਸਨੀ ਮਾਲਟਨ ਦੀ ਸਿਚੁਏਸ਼ਨ ਜਿਹੜੀ ਕਿ ਤੁਹਾਡੇ ਸਾਹਮਣੇ ਹਲੇ ਜਾਰੀ ਹੈ ਅੱਗੇ ਦੇਖਾਂਗੇ ਕੀ ਗੱਲਾਂ ਬਾਤਾਂ ਹੋਈਆਂ ਇਹਨਾਂ ਦੀਆਂ ਫਿਲਹਾਲ ਤੱਕ ਤਾਂ ਇਤਨਾ ਹੀ ਦੱਸਿਆ ਮੇਰਾ ਜਿਹੜਾ ਸੀ ਸਟਾਰਟ ਦਾ ਰਿਸ਼ਤਾ ਅਤੇ ਕਿਵੇਂ ਅੱਗੇ ਇਹਨਾਂ ਦੀਆਂ ਗੱਲਾਂ ਬਾਅਦ 'ਚੋਂ ਦੇਖਾਂਗੇ ਵੀਡੀਓ ਹੋ ਜਾਣੀ ਹੈ ਲੰਮੀ ਆਪਾਂ ਮਿਲਦੇ ਹਾਂ ਅਗਲੀ ਵੀਡੀਓ ਤਦ ਤੱਕ ਲਈ ਲਵ ਯੂ ਓਕੇ।